जोड़ भाई तार तार करना जोड़ परे रहने दो भाई कॉल करो माइक सर जिंदर जिंदर माइक पीछे हो जाओ भाई पीछे 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 कुलवीर जी और बताओ तार से तार करी तार वहीं खड़े हो भाई आज बड़े आज बड़े ਇਧਰੋਂ ਬੰਦਾ ਰੁਪਈਏ ਵਾਰ ਕੇ ਦੇ ਰਿਹਾ ਥੋੜਾ ਪਿੱਛੇ ਕਰ ਲੈ ਯਾਰ ਪਿੱਛ ਲੱਗੀ ਜਾਂ ਥੋੜਾ ਪਿੱਛੇ ਥੋੜਾ ਪਿੱਛੇ ਅੱਜ ਅਸੀਂ ਅਧਿਆਪਕਾਂ ਦੇ ਮਸਲੇ ਨੂੰ ਲੈ ਕੇ ਪੰਜਾਬ ਦੇ ਵਿੱਚ ਜੋ ਸਿੱਖਿਆ ਦਾ ਹਾਲ ਹੋ ਰਿਹਾ ਮਾੜਾ ਗਵਰਨਰ ਸਾਹਿਬ ਨੂੰ ਮਿਲਣ ਆਇਆਂਗੇ ਕਿ ਪੰਜਾਬ ਦੇ ਵਿੱਚ ਜਿਹੜੇ ਸਿੱਖਿਆ ਟੀਚਰ ਨੇ ਜਿਹੜੇ ਉਹਨਾਂ ਦੀ ਤਨਖਾਹ ਜਿਹੜੀ ਹੈਗੀ 45,000 ਤੋਂ ਘਟਾ ਕੇ 15,000 ਕੀਤੀ ਜਾ ਰਹੀ ਆ ਪੱਕੇ ਕਰਨ ਦੇ ਨਾਂ 'ਤੇ ਉਹਨਾਂ ਰੈਗੂਲਰ ਕਰਨ ਦੇ ਨਾਂ 'ਤੇ ਉਹਨਾਂ ਦੀ ਤਨਖਾਹ ਜਿਹੜੀ ਹੈਗੀ ਆ 45,000 48,000 ਜਾਂ 50,000 ਤੋਂ ਘਟਾ ਕੇ 15,000 ਕੀਤੀ ਜਾ ਰਹੀ ਆ ਇਹ ਬਹੁਤ ਵੱਡਾ ਧੱਕਾ ਗਾ ਅਧਿਆਪਕਾਂ ਦੇ ਨਾਲ ਔਰ ਇਹਦੇ ਨਾਲ ਸਾਡੀ ਜਿਹੜੀ ਪੰਜਾਬ ਦੀ ਸਿੱਖਿਆ ਨੀਤੀ ਆ ਉਹ ਤਹਿਸ ਨਹਿਸ ਹੋ ਜੂਗੀ ਪੰਜਾਬ ਵਿੱਚ ਸਿੱਖਿਆ ਦਾ ਪਹਿਲਾਂ ਹੀ ਬਹੁਤ ਬੁਰਾ ਹਾਲ ਆ ਪੰਜਾਬ ਵਿੱਚ ਹਜ਼ਾਰਾਂ ਦੇ ਜਿਹੜੇ ਸਕੂਲ ਨੇ ਪੰਜਾਬ ਵਿੱਚ ਉਹਨਾਂ ਦੀਆਂ ਬਿਲਡਿੰਗਾਂ ਖਸਤਾ ਹੋ ਚੁੱਕੀਆਂ ਨੇ ਉਹਨਾਂ ਨੂੰ ਅਨਸੇਫ ਡਿਕਲੇਅਰ ਕੀਤਾ ਹੋਇਆ ਗਾ ਉਹ ਅਨਸੇਫ ਜਿਹੜੀਆਂ ਬਿਲਡਿੰਗਾਂ ਨੇ ਉਹਨਾਂ ਬਿਲਡਿੰਗਾਂ ਨੂੰ ਢਾਉਣ ਦੇ ਲਈ ਡਿਪਾਰਟਮੈਂਟ ਇਜਾਜ਼ਤ ਨਹੀਂ ਦਿੰਦੇ ਦੂਸਰੇ ਪਾਸੇ ਜਿਹੜੇ ਟੀਚਰ ਨੇ ਉਹਨਾਂ ਤਨਖਾਹਾਂ ਘਟਾਈਆਂ ਜਾ ਰਹੀਆਂ ਇਹਦੇ ਨਾਲ ਕੀ ਹੋ ਰਿਹਾ ਜਿਹੜਾ ਸਾਡਾ ਪੰਜਾਬ ਦਾ ਨੌਜਵਾਨ ਆ ਯੂਥ ਆ ਉਹ ਸਿੱਖਿਆ ਤੋਂ ਵਾਂਝਾ ਰਹਿ ਜੂਗਾ ਔਰ ਸਾਡੇ ਜਿਹੜੇ ਭਵਿੱਖ ਆ ਸਾਡਾ ਪੰਜਾਬ ਦਾ ਉਹ ਪੰਜਾਬ ਸਰਕਾਰ ਬਰਬਾਦ ਕਰਨ ਲੱਗੀ ਆ ਪਿਛਲੇ 35-40 ਸਾਲਾਂ ਤੋਂ ਲੈ ਕੇ ਹੁਣ ਤੱਕ ਪੰਜਾਬ ਦੀ ਸਿੱਖਿਆ ਨੀਤੀ ਨੂੰ ਸਰਕਾਰਾਂ ਲਗਾਤਾਰ ਖਤਮ ਕਰ ਰਹੀਆਂ ਨੇ ਤਾਂ ਕਿ ਪੰਜਾਬ ਦੇ ਵਿੱਚ ਜਿਹੜੇ ਬੱਚੇ ਨੇ ਉਹ ਨਾ ਪੜ੍ਹ ਸਕਣ ਇਹੀ ਕਾਰਨ ਆ ਕਿ ਲਗਾਤਾਰ ਟੀਚਰਾਂ ਦੀਆਂ ਤਨਖਾਹਾਂ ਘਟਾਈਆਂ ਜਾ ਰਹੀਆਂ ਨੇਗੀਆਂ ਔਰ ਟੀਚਰਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪਨਿਸ਼ ਕੀਤਾ ਜਾ ਰਿਹਾ ਉਹਨਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਤਾਂ ਕਿ ਉਹ ਬੱਚਿਆਂ ਦੇ ਭਵਿੱਖ ਨੂੰ ਨਾ ਸੰਵਾਰ ਸਕਣ ਕਿਉਂਕਿ ਪੰਜਾਬ ਵਿੱਚ ਲਗਾਤਾਰ ਚਾਹੇ ਉਹ ਵਜ਼ੀਫੇ ਦੀ ਗੱਲ ਆ ਪੰਜਾਬ ਸਰਕਾਰ ਸੈਂਟਰ ਤੋਂ ਵਜ਼ੀਫਾ ਆਉਂਦਾ ਗਾ ਸੈਂਟਰ ਤੋਂ ਜਿਹੜੀਆਂ ਐਸ ਸੀ ਸਕਾਲਰਸ਼ਿਪ ਬੀ ਸੀ ਸਕਾਲਰਸ਼ਿਪ ਆਉਂਦਾ ਗਾ ਉਹਨੂੰ ਪੰਜਾਬ ਸਰਕਾਰ ਕਿਤੇ ਨਾ ਕਿਤੇ ਹੋਰ ਜਗ੍ਹਾ 'ਤੇ ਲਾ ਦਿੰਦੀ ਆ ਡਾਈਵਰਟ ਕਰ ਦਿੰਦੀ ਆ ਫੰਡਸ ਨੂੰ ਇਸੇ ਤਰੀਕੇ ਸੈਂਟਰ ਦੇ ਜਿਹੜੇ ਫੰਡ ਨੇ ਹੁਣ ਜੇ ਸੈਂਟਰ ਦੇ ਫੰਡ ਨੇ ਉਹਨਾਂ ਨੂੰ ਵੀ ਡਾਈਵਰਟ ਕਰ ਰਹੀ ਆ ਔਰ ਟੀਚਰਾਂ ਦੀ ਤਨਖਾਹ ਲਗਾਤਾਰ ਘਟਾ ਰਹੀ ਆ ਅਸੀਂ ਗਵਰਨਰ ਸਾਹਿਬ ਤੋਂ ਮੰਗ ਕੀਤੀ ਆ ਵੀ ਪੰਜਾਬ ਸਰਕਾਰ 'ਤੇ ਐਕਸ਼ਨ ਲਿਆ ਜਾਵੇ ਤਾਂ ਕਿ ਪੰਜਾਬ ਸਰਕਾਰ ਨੂੰ ਕੰਪੈਲ ਕੀਤਾ ਜਾਵੇ ਵੀ ਜਿਹੜੇ ਟੀਚਰ ਨੇ ਉਹਨਾਂ ਤਨਖਾਹਾਂ ਨਾ ਘਟਾਈਆਂ ਜਾਣ ਜਿਹੜਾ ਪਿਛਲਾ 10 ਸਾਲ ਦਾ ਪੀਰੀਅਡ ਆ ਉਹਦੇ ਤੋਂ ਲੈ ਕੇ ਹੁਣ ਤੱਕ ਉਹਨੂੰ ਪੱਕਾ ਕੀਤਾ ਜਾਵੇ ਪ੍ਰਵੇਸ਼ਨ ਪੀਰੀਅਡ ਦੀ ਗੱਲ ਆ ਪ੍ਰਵੇਸ਼ਨ ਪੀਰੀਅਡ ਹਮੇਸ਼ਾ ਜਦੋਂ ਬੰਦਾ ਪੱਕਾ ਹੁੰਦਾ ਉਦੋਂ ਸਟਾਰਟ ਹੁੰਦਾ ਪਰ ਲੇਕਿਨ ਇਹ ਅਧਿਆਪਕ ਤਾਂ ਪਿਛਲੇ 15-10 ਸਾਲ ਪਹਿਲਾਂ ਜਦੋਂ ਸਿਲੈਕਟ ਹੋਏ ਸੀਗੇ ਉਦੋਂ ਬਿਲਕੁਲ ਪ੍ਰੋਪਰ ਜਿਹੜਾ ਹੈਗਾ ਸੀ ਰਿਕਰੂਟਮੈਂਟ ਢਾਂਚਾ ਲਾਨਿਆ ਗਿਆ ਪੂਰਾ ਉਹਨਾਂ ਦਾ ਤਰੀਕਾ ਅਪਣਾਇਆ ਗਿਆ ਕੋਈ ਇਹ ਨਹੀਂ ਹੈਗਾ ਵੀ 2 ਨੰਬਰ ਸਿਲੈਕਟ ਹੋਏ ਨੇ ਸਭ ਦੀ ਇੰਟਰਵਿਊਆਂ ਹੋਈਆਂ ਟੈਸਟ ਹੋਏ ਉਸ ਤੋਂ ਬਾਅਦ ਸਿਲੈਕਟ ਹੋਏ ਨੇ ਪਰ ਹੁਣ ਪੰਜਾਬ ਸਰਕਾਰ ਟੀਚਰਾਂ ਦਾ ਧੱਕਾ ਕਰ ਰਹੀ ਆ ਅਸੀਂ ਉਸ ਦੇ ਖਿਲਾਫ ਅੱਜ ਗਵਰਨਰ ਸਾਹਿਬ ਨੂੰ ਮਿਲ ਕੇ ਆਏਗੇ ਗਵਰਨਰ ਸਾਹਿਬ ਨੇ ਕਿਹਾ ਗਿਆ ਵੀ ਮੈਂ ਪੰਜਾਬ ਸਰਕਾਰ ਨਾਲ ਗੱਲ ਕਰਾਂਗਾ ਔਰ ਭੇਜਾਂਗਾ ਸਾਰਾ ਕੁਝ ਸਰ ਜਿਸ ਤਰ੍ਹਾਂ ਮੁੱਖ ਮੰਤਰੀ ਨੇ ਕੱਲ ਮਜਬੂਰੀ ਦੱਸੀ ਹੈ ਕਿ ਖਜ਼ਾਨਾ ਖਾਲੀ ਹੈ ਤੇ ਨਹੀਂ ਦੇ ਸਕਦੇ ਚਲ ਟੀਚਰਾਂ ਕੀ ਦੇਖੋ ਜੇ ਸਾਡੇ ਭਵਿੱਖ ਲਈ ਖਜ਼ਾਨਾ ਖਾਲੀ ਆ ਟੀਚਰਾਂ ਲਈ ਖਜ਼ਾਨਾ ਖਾਲੀ ਆ ਤਾਂ ਫਿਰ ਪੰਜਾਬ ਦਾ ਵਾਲੀ ਵਾਰਸ ਕੌਣ ਹੈਗਾ ਜਦੋਂ ਕੈਪਟਨ ਸਾਹਿਬ ਸੱਤਾ 'ਚ ਆਏ ਸੀ ਸੱਤਾ 'ਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੇ ਵੱਡੇ ਵੱਡੇ ਵਾਅਦੇ ਕੀਤੇ ਸੀ ਸਿੱਖਿਆ ਨੀਤੀ ਸੁਧਾਰਾਂਗੇ ਪੰਜਾਬ ਵਿੱਚੋਂ ਡਰੱਗਸ ਖਤਮ ਕਰਾਂਗੇ ਪੰਜਾਬ ਵਿੱਚੋਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਫਿਰ ਉਹ ਸਾਰੇ ਵਾਅਦੇ ਕਿੱਥੇ ਗਏ ਜਦੋਂ ਉਦੋਂ ਕੈਪਟਨ ਸਾਹਿਬ ਨੂੰ ਨਹੀਂ ਪਤਾ ਸੀਗਾ ਵੀ ਪੰਜਾਬ ਦਾ ਖਜ਼ਾਨਾ ਖਾਲੀ ਆ ਕੈਪਟਨ ਸਾਹਿਬ ਨੂੰ ਪਤਾ ਸੀਗਾ ਕੈਪਟਨ ਸਾਹਿਬ ਬਿਲਕੁਲ ਝੂਠ ਬੋਲ ਕੇ ਆਏ ਨੇ ਔਰ ਅੱਜ ਵੀ ਲਗਾਤਾਰ ਪੰਜਾਬ ਦੇ ਲੋਕਾਂ ਨਾਲ ਝੂਠ ਬੋਲ ਰਹੇ ਨੇ ਪੰਜਾਬ ਦਾ ਬਹੁਤ ਵੱਡਾ ਰੈਵਨਿਊ ਆ ਜਿਹੜਾ ਪੰਜਾਬ ਦਾ ਬਹੁਤ ਵੱਡਾ ਰੈਵਨਿਊ ਆ ਉਹ ਕਿਤੇ ਨਾ ਕਿਤੇ ਕਰਪਸ਼ਨ ਦੇ ਰੂਪ ਵਿੱਚ ਰੁੜਦਾ ਆ ਰਿਹਾ ਪੰਜਾਬ ਵਿੱਚ ਚਾਹੇ ਸ਼ਰਾਬ ਦੀ ਗੱਲ ਕਰ ਲਓ ਚਾਹੇ ਰੇਤ ਮਾਫੀਆ ਦੀ ਗੱਲ ਕਰ ਲਓ ਸਾਰੇ ਮਾਫੀਆ ਜਿਹੜਾ ਹੈਗਾ ਰੈਵਨਿਊ ਖਤਮ ਹੁੰਦਾ ਯਾਰ ਰੈਵਨਿਊ ਜਨਰੇਟ ਕਰ ਸਰਕਾਰ ਪੈਟਰੋਲ ਡੀਜ਼ਲ ਦੇ ਜਿਹੜਾ ਟੈਕਸ ਹੈ ਸਰਕਾਰ ਕਹਿ ਰਹੀ ਹੈ ਉਹ ਵੀ ਇਸ ਕਰਕੇ ਨਹੀਂ ਅਸੀਂ ਘਟਾ ਸਕਦੇ ਕਿਉਂਕਿ ਖਜ਼ਾਨਾ ਖਾਲੀ ਆ ਤੇ ਸਰਕਾਰ ਚਲਾਉਣਾ ਬਹੁਤ ਮੁਸ਼ਕਲ ਹੋਇਆ ਪਿਆ 18 ਮਹੀਨੇ ਹੋ ਗਏ ਸਰਕਾਰ ਬਣੀ ਨੂੰ ਹੁਣ ਤੱਕ ਖਜ਼ਾਨਾ ਕਿਉਂ ਨਹੀਂ ਭਰਿਆ ਗਿਆ ਕਿਉਂਕਿ ਪੰਜਾਬ ਵਿੱਚ ਜਿਹੜੀਆਂ ਨਿਯੁਕਤੀਆਂ ਨੇਗੀਆਂ ਜਿਹੜੇ ਆਪਣੇ OSD ਨੇ ਜਾਂ ਹੋਰ ਬੰਦੇ ਲਾਏ ਜਾ ਰਹੇ ਨੇ ਉਹਨਾਂ 2-2 ਲੱਖ ਰੁਪਏ ਤਨਖਾਹ ਦਿੱਤੀ ਜਾ ਰਹੀਆਂ ਨੇ ਜਦਕਿ ਪੰਜਾਬ ਦੇ ਜਿਹੜੇ ਬੱਚਿਆਂ ਨੂੰ ਪੜ੍ਹਾਉਣ ਵਾਲੇ ਟੀਚਰ ਨੇ ਉਹਨਾਂ ਤਨਖਾਹਾਂ ਖਤਮ ਕੀਤੀਆਂ ਜਾ ਰਹੀਆਂ ਨੇਗੀਆਂ ਇਹ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਸਰਾਸਰ ਜਿਹੜੀ ਸਰਕਾਰ ਧੋਖਾ ਕਰ ਰਹੀ ਆ ਔਰ ਜਾਣ ਬੁੱਝ ਕੇ ਕਰ ਰਹੀ ਆ ਖਜ਼ਾਨਾ ਬਿਲਕੁਲ ਭਰਨਾ ਸਰਕਾਰ ਦਾ ਕੰਮ ਆ ਰੈਵਨਿਊ ਜਨਰੇਟ ਕਰਨਾ ਸਰਕਾਰ ਦਾ ਕੰਮ ਆ ਚੀਮਾ ਸਾਹਿਬ ਇੱਕ ਚੀਫ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਹਮਲਾ ਕਰਨ ਦੀ ਇੱਕ ਸਾਜ਼ਿਸ਼ ਜਿਹੜੀ ਹੈਗੀ ਉਹ ਨਾਕਾਮ ਹੋਈ ਹੈ ਕਿਸ ਤਰ੍ਹਾਂ ਤੁਸੀਂ ਦੇਖਦੇ ਇਸ ਜਿਹੜੀ ਦੇਖੋ ਇਹ ਮੈਂ ਸਮਝਦਾ ਜਿਹੜੀਆਂ ਸਕੀਮਾਂ ਨੇ ਸਰਕਾਰ ਜਾਣਬੁੱਝ ਕੇ ਘੜਦੀ ਹੈਗੀ
कोई साजिश नाकाम नहीं हुई। इस तरह दो चार बंदे फड़ लेंगे, एक नवा लोगों शोशा छड़ देने भी साजिश हो रही है, पर लेकिन सिक्योरिटी पहले जेड प्लस मिली हुई है, सिक्योरिटी बहुत बड़ी मिली हुई है, हो सकती है। दूजे पास मैं तुम्हें दसा भी दिल्ली सरकार के आम आदमी पार्टी सरकार लगभग 26% जो बजट आ अमन जी 26% बजट आ एजुकेशन से रखा है, पंजाब सरकार ने कि रखा है 4%, पंजाब सरकार ने 4%, सेंटर साड़ी दिल्ली की सरकार ने 26%। उत्थे जो स्कूल ने दिल्ली के, हाँ एजुकेशन बजट की गल करना, जिहड़े स्कूल ने दिल्ली के उदा लगता भी जिवें जिहड़े नवें बन रहे ने भी 5-star होटल होण, पर पंजाब की हो रहा जाके ग्राउंड ते देखो बिल्डिंगां बिल्कुल टुटियां पईयां ने, ढाई ढेरी होईयां पईयां नेगियां। साडे संगरूर तों भगवंत मान एम पी जी ने गए, एम पी साहब ने लगातार जिहड़ा आपदा फंड आ जिहड़ा 20 करोड़ मिलिया उहदे चों घट्टो घट 80% जिहड़ा फंड आ स्कूलों से खर्च किया, स्कूलों के बिल्डिंगां बनाईयां ने, कमरे बनाए ने ताकि बच्चे पढ़ सकन, टॉयलेट बनाए ने, अमन जी ने आप अपने खर्चे ते करके बच्चों के लिए टॉयलेट बनाए ने उत्थे।